ਪੰਜਾਬੀ ਇੰਡਸਟਰੀ ਜਿੱਥੇ ਵੱਖੋ ਵੱਖਰੇ ਟੇਸਟ ਦੀਆਂ ਫਿਲਮਾਂ ਬਣਾ ਕੇ ਐਕਸਪੈਰੀਮੈਂਟ ਕਰਨ ਤੋਂ ਰਾਈਟਰ ਤੇ ਪ੍ਰੋਡਿਊਸਰ ਡਰਦੇ ਨੇ, ਉੱਥੇ ਹੀ ਹੰਬਲ ਮੋਸ਼ਨ ਪਿਕਚਰਸ ਨੇ ਐਕਸਪੈਰੀਮੈਂਟਲ ਫਿਲਮਾਂ ਦਾ ਦੌਰ ਪੰਜਾਬੀ ਇੰਡਸਟਰੀ ਦੇ ਵਿੱਚ ਵਾਪਸ ਲੈ ਕੇ ਆਂਦਾ ਹੈ। ਜੇਕਰ ਹੰਬਲ ਮੋਸ਼ਨ ਨੇ ਸ਼ਿੰਦਾ ਸ਼ਿੰਦਾ ਨੂੰ ਪਾਪਾ ਬਣਾਈ ਤਾਂ ਵਾਰਨਿੰਗ ਵਰਗੀਆਂ ਫਿਲਮਾਂ ਵੀ ਬਣਾਈਆਂ, ਤੇ ਜੇਕਰ ਕੈਰੀ ਔਨ ਜੱਟਾ 3 ਬਣੀ ਤਾਂ ਅਰਦਾਸ ਵਰਗੀਆਂ ਫਿਲਮਾਂ ਵੀ ਬਣਾਈਆਂ ਗਈਆਂ। ਤੇ ਇਹਦੇ ਨਾਲ ਹੀ ਗਿੱਪੀ ਹੋਰਾਂ ਨੇ ਇਹ ਚੀਜ਼ ਸਾਬਿਤ ਕਰ ਦਿੱਤੀ ਹੈ ਕਿ ਅਸੀਂ ਸਿਰਫ ਇੱਕ ਤਰੀਕੇ ਦੀ ਆਡੀਅੰਸ ਨੂੰ ਟਾਰਗੇਟ ਨਹੀਂ ਕਰ ਰਹੇ, ਬਲਕਿ ਬੱਚਿਆਂ ਤੋਂ ਲੈ ਕੇ ਯੰਗਸਟਰਸ ਦੇ ਤੱਕ ਤੇ ਯੰਗਸਟਰਸ ਤੋਂ ਲੈ ਕੇ ਪੂਰੀ ਫੈਮਿਲੀ ਦੀ ਐਂਟਰਟੇਨਮੈਂਟ ਦਾ ਧਿਆਨ ਰੱਖ ਰਹੇ ਹਾਂ। ਤੇ ਇਸੇ ਐਂਟਰਟੇਨਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਹੰਬਲ ਮੋਸ਼ਨ ਦੁਆਰਾ ਆਪਣੀ ਸੁਪਰ ਹਿੱਟ ਫਿਲਮ ਅਰਦਾਸ ਦਾ ਤੀਜਾ ਸੀਕੁਲ ਲਿਆਂਦਾ ਜਾ ਰਿਹਾ, ਅਰਦਾਸ ਸਰਬੱਤ ਦੇ ਭਲੇ ਦੀ, ਜਿਹਦਾ ਟੀਜ਼ਰ ਲਾਂਚ ਹੋ ਚੁੱਕਾ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਿਮਰਨ ਦਿਸ ਸਾਈਡ, ਅਤੇ ਮੈਂ ਇੱਥੇ ਰਿਵਿਊ ਕਰਨ ਜਾ ਰਹੀ ਹਾਂ ਰੀਸੈਂਟਲੀ ਰਿਲੀਜ਼ ਹੋਈ ਟੀਜ਼ਰ ਆਫ ਦ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਦੇ ਬਾਰੇ। ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਗਿੱਪੀ ਗਰੇਵਾਲ ਹੋਰਾਂ ਦੁਆਰਾ, ਅਤੇ ਮੇਨ ਲੀਡ ਦੇ ਵਿੱਚ ਵੀ ਅਸੀਂ ਗਿੱਪੀ ਗਰੇਵਾਲ ਨੂੰ ਦੇਖਣ ਵਾਲੇ ਹਾਂ। ਉਹਨਾਂ ਦੇ ਨਾਲ ਹੀ ਜੈਸਮਿਨ ਪਸੀਨ ਅਤੇ ਗੁਰਪ੍ਰੀਤ ਘੁੱਗੀ ਵੀ ਮੇਨ ਲੀਡ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਇਹਨਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰ ਜਿਵੇਂ ਕਿ ਨਿਰਮਲ ਰਿਸ਼ੀ, ਸਰਦਾਰ ਸੋਹੀ, ਮਲਕੀਤ ਰਾਣੀ ਜੀ ਐਂਡ ਉਹਨਾਂ ਦੇ ਨਾਲ ਨਾਲ ਸੀਮਾ ਕੌਸ਼ਲ, ਗੁਰਪ੍ਰੀਤ ਪੰਗੂ ਅਤੇ ਰੁਪਿੰਦਰ ਰੂਪੀ ਨੂੰ ਵੀ ਅਸੀਂ ਕਈ ਅਹਿਮ ਕਿਰਦਾਰ ਨਿਭਾਉਂਦੇ ਹੋਏ ਇਸ ਫਿਲਮ ਦੇ ਥਰੂ ਦੇਖਣ ਵਾਲੇ ਹਾਂ। ਫਿਲਮ ਦਾ ਟੀਜ਼ਰ ਆ ਚੁੱਕਾ ਹੈ ਅਤੇ ਟੀਜ਼ਰ ਨੇ ਸਾਨੂੰ ਗੂਸ ਬੰਪਸ ਦਿੱਤੇ ਨੇ। ਟੂ ਬੀ ਵੈਰੀ ਓਨੈਸਟ, ਕਾਫੀ ਲੰਮੇ ਸਮੇਂ ਬਾਅਦ ਮੈਂ ਕੋਈ ਇਹੋ ਜਿਹਾ ਟੀਜ਼ਰ ਦੇਖਿਆ ਜਿਹਨੂੰ ਦੇਖਣ ਤੋਂ ਬਾਅਦ ਫਿਲਮ ਦਾ ਅਤੇ ਟ੍ਰੇਲਰ ਦਾ ਇੰਤਜ਼ਾਰ ਕਰਨ ਦਾ ਮਨ ਕਰ ਰਿਹਾ। ਗਿੱਪੀ ਗਰੇਵਾਲ ਜਿੰਨੇ ਵਧੀਆ ਸਿੰਗਰ ਨੇ ਉਨੇ ਹੀ ਵਧੀਆ ਐਕਟਰ ਤਾਂ ਹੈਗੇ ਨੇ, ਪਰ ਨਾਲ ਦੀ ਨਾਲ ਇੰਨੇ ਵਧੀਆ ਡਾਇਰੈਕਟਰ ਬਣ ਕੇ ਉਹ ਸਾਹਮਣੇ ਆਉਣਗੇ ਇਹ ਸਾਨੂੰ ਪਹਿਲਾਂ ਨਹੀਂ ਸੀ ਪਤਾ। ਬਟ ਹੌਲੀ ਹੌਲੀ ਜਿੰਨੀਆਂ ਵੀ ਫਿਲਮਾਂ ਉਹਨਾਂ ਨੇ ਡਾਇਰੈਕਟ ਕੀਤੀਆਂ, ਅਤੇ ਹੁਣ ਜੇਕਰ ਮੈਂ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਬਾਰੇ ਗੱਲ ਕਰਾਂ ਤਾਂ ਉਹਨਾਂ ਦੀ ਡਾਇਰੈਕਸ਼ਨ ਕਿੰਨੀ ਜ਼ਿਆਦਾ ਇੰਪਰੂਵ ਹੁੰਦੀ ਜਾ ਰਹੀ ਹੈ, ਕਿੰਨੀ ਜ਼ਿਆਦਾ ਬਾਕਮਾਲ ਬਣਦੀ ਜਾ ਰਹੀ ਹੈ, ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਫਿਲਮ ਦੀ ਕਹਾਣੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਟੀਜ਼ਰ ਤੋਂ ਮੂਵੀ ਦੀ ਕਹਾਣੀ ਬਹੁਤ ਜ਼ਿਆਦਾ ਰਿਵੀਲ ਨਹੀਂ ਹੁੰਦੀ ਹੈ, ਬਟ ਇੰਨਾ ਜ਼ਰੂਰ ਕਲੀਅਰ ਹੋ ਗਿਆ ਕਿ ਮੂਵੀ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਹਿੰਦੂ, ਮੁਸਲਿਮ ਅਤੇ ਸਿੱਖਾਂ ਦੀ ਏਕਤਾ ਨੂੰ ਦਿਖਾਉਂਦੀ ਹੋਈ ਨਜ਼ਰ ਆਉਣ ਵਾਲੀ ਹੈ। ਇਹਨਾਂ ਸਾਰੇ ਭਾਈਚਾਰਿਆਂ ਦੇ ਵਿੱਚ ਜੋ ਏਕਾ ਹੈ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ, ਚਾਹੇ ਧਰਮ ਅਤੇ ਜਾਤ ਕੋਈ ਵੀ ਹੋਏ। ਇਹੋ ਜਿਹੇ ਸੁਨੇਹੇ ਜਿਹੜੇ ਨੇ ਉਹ ਫਿਲਮ ਸਾਨੂੰ ਦਿੰਦੀ ਹੋਈ ਨਜ਼ਰ ਆਉਣ ਵਾਲੀ ਹੈ। ਇਹਦੇ ਨਾਲ ਹੀ ਜੇਕਰ ਮੈਂ ਫਿਲਮ ਦੇ ਮਿਊਜ਼ਿਕ ਦੀ ਗੱਲ ਕਰਾਂ ਤਾਂ ਫਿਲਮ ਦਾ ਮਿਊਜ਼ਿਕ ਹੈਪੀ ਰਾਏ ਕੋਟੀ ਦੇ ਦੁਆਰਾ ਕੀਤਾ ਗਿਆ ਹੈ। ਜੇਕਰ ਟਾਈਟਲ ਟਰੈਕ ਦੀ ਮੈਂ ਗੱਲ ਕਰਾਂ ਖਾਸ ਤੌਰ 'ਤੇ, ਤਾਂ ਟਾਈਟਲ ਟਰੈਕ ਟੀਜ਼ਰ ਦੇ ਵਿੱਚ ਐਡ ਕੀਤਾ ਗਿਆ ਔਰ ਉਹ ਤੁਹਾਨੂੰ ਗੂਸ ਬੰਪਸ ਦਿੰਦਾ ਜਦੋਂ ਤੁਸੀਂ ਉਸ ਗਾਣੇ ਨੂੰ ਸੁਣੋਗੇ ਕਿ ਆਓ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ, ਤਾਂ ਤੁਸੀਂ ਆਪਣੇ ਆਪ ਨੂੰ ਫਿਲਮ ਦੇ ਨਾਲ, ਫਿਲਮ ਦੇ ਕੈਰੇਕਟਰਸ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰੋਗੇ। ਔਰ ਮੈਨੂੰ ਲੱਗਦਾ ਫਿਲਮ ਦੀ ਸਕਸੈਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਅਹਿਮ ਪੁਆਇੰਟ ਰਹਿਣ ਵਾਲਾ। ਫਿਲਮ ਦੇ ਬਾਰੇ ਪਹਿਲੀ ਵੱਡੀ ਖਾਸ ਗੱਲ ਇਹ ਹੈ ਕਿ ਇੱਕ ਬਹੁਤ ਵੱਡੀ ਸਟਾਰਕਾਸਟ ਇਸ ਫਿਲਮ ਦੇ ਨਾਲ ਜੁੜੀ ਹੋਈ ਹੈ, ਇੱਕ ਵੱਖਰਾ ਸਿਨੇਮੈਟਿਕ ਐਕਸਪੀਰੀਅੰਸ ਅਸੀਂ ਇਸ ਫਿਲਮ ਦੇ ਥਰੂ ਵੱਡੇ ਪਰਦੇ ਦੇ ਉੱਤੇ ਦੇਖਣ ਵਾਲੇ ਹਾਂ। ਉੱਥੇ ਹੀ ਦੂਜਾ ਵੱਡਾ ਐਕਸਪੀਰੀਅੰਸ ਅਤੇ ਦੂਜੀ ਵੱਡੀ ਗੱਲ ਫਿਲਮ ਦੇ ਬਾਰੇ ਅਤੇ ਟੀਜ਼ਰ ਦੇ ਬਾਰੇ ਇਹ ਹੈ ਕਿ ਫਿਲਮ ਦੀ ਅੱਧੀ ਸ਼ੂਟਿੰਗ ਜੋ ਹੈ ਉਹ ਤਖ਼ਤ ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਵਿੱਚ ਸ਼ੂਟ ਕੀਤੀ ਗਈ ਹੈ, ਫਿਲਮ ਉੱਥੇ ਫਿਲਮਾਈ ਗਈ ਹੈ। ਉਹ ਲੋਕ ਜਿਹੜੇ ਕਿ ਹਜ਼ੂਰ ਸਾਹਿਬ ਮੱਥਾ ਟੇਕਣ ਹਾਲੇ ਤੱਕ ਨਹੀਂ ਜਾ ਪਾਏ ਨੇ ਅਤੇ ਹਾਲੇ ਫਿਊਚਰ ਦੇ ਵਿੱਚ ਵੀ ਕਿਤੇ ਉਹਨਾਂ ਨੂੰ ਪਲੈਨ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਟੀਜ਼ਰ ਦੇਖਣ ਤੋਂ ਬਾਅਦ ਐਂਡ ਫਿਲਮ ਦੇਖਣ ਤੋਂ ਬਾਅਦ ਤੁਹਾਡਾ ਇਹ ਸੁਪਨਾ ਪੂਰਾ ਹੋ ਜਾਏਗਾ, ਤੁਸੀਂ ਫਿਲਮ ਦੇ ਥਰੂ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ। ਔਰ ਇਸ ਚੀਜ਼ ਦੀ ਤਾਰੀਫ ਜਿਹੜੀ ਹੈ ਉਹ ਸਾਰੇ ਪਾਸੇ ਕੀਤੀ ਜਾ ਰਹੀ ਹੈ। ਗਿੱਪੀ ਗਰੇਵਾਲ ਹੋਰਾਂ ਦੁਆਰਾ ਇੱਕ ਚੀਜ਼ ਪੂਰੀ ਤਰੀਕੇ ਨਾਲ ਕਲੀਅਰ ਕਰ ਦਿੱਤੀ ਗਈ ਹੈ ਕਿ ਅਰਦਾਸ ਫਿਲਮ ਜੋ ਕਿ ਸਾਲ 2016 ਦੇ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ ਅਰਦਾਸ ਕਰਾਂ ਜੋ ਕਿ ਸਾਲ 2019 ਦੇ ਵਿੱਚ ਆਈ ਸੀ, ਇਸ ਵਾਰੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੂੰ ਆਉਣ ਦੇ ਵਿੱਚ ਇੰਨਾ ਜ਼ਿਆਦਾ ਟਾਈਮ ਇਸ ਕਰਕੇ ਲੱਗ ਗਿਆ ਕਿਉਂਕਿ ਸਟੋਰੀ ਦੇ ਉੱਤੇ ਖਾਸ ਕੰਮ ਕੀਤਾ ਜਾ ਰਿਹਾ ਸੀ।
ਐਂਡ ਟੂ ਬੀ ਵੈਰੀ ਓਨੈਸਟ, ਟੀਜ਼ਰ ਨੂੰ ਦੇਖ ਕੇ ਇਹ ਚੀਜ਼ ਪੂਰੀ ਤਰੀਕੇ ਨਾਲ ਕਲੀਅਰ ਹੋ ਗਈ ਹੈ ਕਿ ਫਿਲਮ ਨੂੰ ਆਉਣ ਦੇ ਵਿੱਚ ਇੰਨਾ ਜ਼ਿਆਦਾ ਟਾਈਮ ਕਿਉਂ ਲੱਗ ਗਿਆ। ਅਰਦਾਸ ਨੂੰ ਜਿੰਨਾ ਜ਼ਿਆਦਾ ਪਿਆਰ ਤੁਸੀਂ ਦਿੱਤਾ ਅਤੇ ਅਰਦਾਸ ਕਰਾਂ ਨੂੰ ਜਿੰਨਾ ਜ਼ਿਆਦਾ ਪਿਆਰ ਤੁਸੀਂ ਦਿੱਤਾ, ਉਹਦੇ ਨਾਲੋਂ ਵੱਧ ਸਪੋਰਟ ਐਂਡ ਪਿਆਰ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੂੰ ਮਿਲਣ ਵਾਲਾ ਹੈ। ਆਈ ਐਮ ਡੈਮ ਸ਼ੋਰ, ਜੇਕਰ ਤੁਸੀਂ ਟੀਜ਼ਰ ਹਾਲੇ ਤੱਕ ਨਹੀਂ ਦੇਖਿਆ ਤਾਂ ਜਲਦੀ ਜਲਦੀ ਜਾ ਕੇ ਤੁਸੀਂ ਟੀਜ਼ਰ ਦੇਖੋ ਐਂਡ ਸਾਨੂੰ ਵਾਪਿਸ ਆ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਫਿਲਮ ਦਾ ਟੀਜ਼ਰ ਕਿਹੋ ਜਿਹਾ ਲੱਗਾ ਅਤੇ ਕੀ ਖਾਸ ਡਿਫਰੈਂਸ ਤੁਹਾਨੂੰ ਪਹਿਲੇ ਦੋ ਭਾਗਾਂ ਨਾਲੋਂ ਇਸ ਫਿਲਮ ਦੇ ਟੀਜ਼ਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਐਂਡ ਇੱਕ ਹੋਰ ਸਵਾਲ, ਗਿੱਪੀ ਗਰੇਵਾਲ ਦੀ ਡਾਇਰੈਕਸ਼ਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਹ ਵੀ ਸਾਨੂੰ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਅਤੇ ਫਿਲਮ ਦੇਖਣ ਲਈ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਏਗਾ ਕਿਉਂਕਿ ਇਹ ਫਿਲਮ 13 ਸਤੰਬਰ 2024 ਨੂੰ ਸਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ।